हे रब्बा सारी दुनिया दी मशीनां खराब हो जान सिर्फ साडी चले। चाचा हाँ उही चाचा जी से कहे नु जी कर रहा है मेरा, मैंने तेरा प्यार आ रहा चाचा जी। मैं डोडा तोड़िया खादा तोड़िया खादा ना लाइन कर दू लाइन तेन मेरे बर्दाश्त नहीं हो रहा मेरा खाना गरीब गुर थले आ जा मैं रब का ना ले रहा मशीन के उत्ते चढ़ के बह गया भी मैं चलाऊ अस्ताज तू बत्तियां कर रहा वजन घट जूगा हुण मेरा साला 15 रीते हां चढ़े थले उतरे तेरे तेरे दई चल धूप दे दे उन्ने मेरे आंदे नू सावधानी जरूरी है वरतनी तेरे टहरले नशा ही चढ़ गया। मशीन लियांदी हे रब्बा तेरी कृपा ना मशीन लियांदी हुण असी पूरे आल वर्ल्ड दे विच इस मशीन नूं इंग्लैंड कनेडा अमरीका पूरी पृथ्वी के उत्ते असी झोने के कणक की कटाई करिए साडी मशीन फाके वढ़दी तुरी जावे। हे रब्बा सारी दुनिया दी मशीनां खराब हो जान सिर्फ साडी चले। केड़े जुग च फिरदा ए सत जुग च सी भी कर भला सो हो भला हुण कल जुग आ हुण तां कर बुरा हो भला। तेरे 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 चाचा सोनी आया तड़के 3 बजे दे आए हैं कामयाब होगा टट्टू 11 बजन वाले है तेरे तेरे तहां तो मार लगना कपड़ा कपड़ा हले तक नहीं आया मेरा सारा एडा सोडड़ा चाची दी बुक्कल च बड़िया बैठा इत्थे चा चढ़े पए है भी MP जावांगे उत्थे डोडे वाधू है हाय ओए डोडा तोड़िया खादा तोड़िया कामयाब होवांगे टट्टू रब का ना ले जाना तड़के 3 बजे तो मैं रब का ना ले जाना तेनू तो फिर चढ़ी दी नहीं तेनू तो फिर लत्थी दी नहीं तेनू फिर कामयाब टट्टू होएगा आई सीजन दे देना ए तू चाची को बैठा रे फड़ ला पूछड़ चाची का ओ बस कर ओ बस कर हां 3 बजे दा आया मैं कुत्ते मेरी सुनता लगा हां की सुना गड्डी दी लॉक हुई दस हुन की गड्डी दोबारा करे लियो कि नहीं हुई ते इत्थों इत्थे मेरे सारे चा चढ़े पए है गिद्दा पाउण दा प्रबंध कर रहे है ए मेरा साला कहंदा गड्डी नहीं लॉक हां बोली नहीं गड्डी तेरी नाले कित कुछ होर नहीं बोली ओए आ जा हुण 3 बजे की
ਪਸ਼ੂਆਂ ਨੂੰ ਮਾਰ ਦਲ ਡਵੀਡ ਕਰਕੇ ਚੈੱਕ ਤਾਂ ਕਰਨੀ ਪੈਣੀ ਆ ਇਹ ਤੇਰੀ ਮਾਂ ਲੈ ਮਸ਼ੀਨ ਖਰਾਬ ਕਰੇਗਾ ਨਾ ਤੱਕ ਲੈ ਕਿਵੇਂ ਖਰਾਬ ਹੋ ਜੂਗੀ ਯਾਰ ਲੈ ਉਹ ਤੈਨੂੰ ਵੀ ਮਾਲਕ ਨੂੰ ਧੂਫ ਦੇਣੀ ਜ਼ਰੂਰੀ ਹੈ ਸੜ ਜਾ 2 ਮਿੰਟ ਮੇਰਾ ਛੱਤਰ ਨਾ ਖਾਲੀ ਸਾਰਾ ਕੁਝ ਰੈਡੀ ਹੈ ਚਾਚਾ ਕਿੰਨੀ ਦੂਰ ਜਾਣਾ ਗੁਜਰਾਤ ਜਾਣਾ ਅਬ ਗਰਜਿਆਤ ਨਹੀਂ ਜਾਣਾ ਗਰਜਿਆਤ ਗਰਜੂਤ ਨਹੀਂ ਗਰਜਿਆਤ ਕੀ ਉੱਥੇ ਢੂਡਣ ਵੱਡੇਗਾ ਗਰਜਿਆਤ ਚ ਕਿਹੜਾ ਝੋਨਾ ਹੁੰਦਾ ਰੇਤਲਾ ਥਾਂ ਆਪਾਂ MP ਜਾ ਰਹੇ ਆ ਹੁਣ ਤੂੰ ਆਪ ਹੀ ਤਾਂ ਗੱਲ ਕਰੀ ਆ ਸਾਰੇ ਕਿਤੇ ਹੁਣ ਮੈਨੂੰ ਕੀ ਪਤਾ ਮੈਂ ਕਿਹਦਾ ਗੁਜਰਾਤ ਦੇਖ ਦੇਖ ਆਪਾਂ ਪਹਿਲਾਂ ਜਾਵਾਂਗੇ ਇੱਥੋਂ MP ਵੜਦੇ ਹੁੰਦੇ 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 ਹੋ ਕੇ ਆਪਾਂ ਸਾਰੇ ਫੇਰ ਗੁਜਰਾਤ ਹੁੰਦੇ ਫੇਰ ਆਵਾਂਗੇ ਇੱਥੇ ਚਾਰੇ ਪਾਸੇ ਹੋ ਕੇ ਫਿਰ ਗੁਜਰਾਤ ਚ ਕੀ ਕੀ ਵੱਡਾਂਗੇ ਨਾ ਗੁਜਰਾਤ ਦੇ ਕਣਕ ਵੱਡੇ ਆਵਾਂਗੇ ਮੂੰਗੀ ਉਧਰੀ ਜਾਵਾਂਗੇ ਹੁਣ ਗੱਲ ਸੁਣ ਘਰੇ ਮੜਾ ਜਾ ਚਾਚੀ ਨੂੰ ਇਹ ਕਹਦੇ ਵੀ ਕਪੈਨ ਲੈ ਲਈ ਜੱਟ ਨੇ ਬਸ ਹੁਣ ਮੇਰੀ ਵੇਟ ਨਾ ਕਰਿਓ ਹਰ ਮਹੀਨੇ 5 ਨੋਟਾਂ ਦੀ ਭੇਜਦਾ ਕਰਾਂਗੇ ਪ੍ਰਭਾਵ ਵੀ ਵੇਖ ਪੈਂਦਾ ਅਗਲਾ ਕਹਿੰਦਾ ਸਰਦਾਰਾਂ ਕੋਲੇ ਫੋਰਚੂਨਰ ਮਸ਼ੀਨ ਨਾ ਲਾਈ ਫਿਰਦੇ ਕੋਈ ਲੰਡੂ ਨੀ ਹੋਣੇ ਕਿੱਲੇ ਦਾ ਤੇਰੇ ਕੋਲੇ 5 ਆਪਾਂ 500 ਦੱਸਾਂਗੇ ਇਹੀ ਤਾਂ ਅੱਜ ਕੱਲ੍ਹ ਫੋਕਰ ਪੁਣਾ ਜਿੰਨਾ ਫੋਕਰ ਪੁਣਾ ਮਾਰੇਗਾ ਓਨਾ ਹੀ ਲੋਕਾਂ ਦੀ ਤੇਰੀ ਹਵਾ ਬਣੂ ਜਿੰਨਾ ਸੜੀ ਵੀ ਗੱਡੀ ਲਏਗਾ ਅਗਲਾ ਭਾਵੇਂ ਤੇਰੇ ਕੋਲ 500 ਕਿੱਲਾ ਵੇ ਲੱਗਾ ਕਹਿੰਦਾ ਫੁੱਦੂ ਹੀ ਆ ਦੇਖ ਲਾ ਹੁਣ ਦੋ ਦੁਨੀਆ ਦਿਖਾਵੇ ਦੀ ਹੈ ਲੀੜੇ ਲੂੜੇ ਰੱਖ ਲਏ ਅਸੀਂ ਠੀਕ ਹੈ ਸਾਰੀ ਗੱਡੀ ਲੈ ਕੇ ਆਇਆ ਮੈਂ ਵੀ ਭਰ ਲਿਆ ਠੀਕ ਹੈ ਨਾ ਬਾਕੀ ਹੁਣ ਆਪਾਂ ਲੈ ਰੱਬ ਦਾ ਨਾ ਤੇ ਖਿੱਚਦੇ ਆ ਮੇਰੇ ਸਾਲੇ ਦੀ MP ਨੂੰ ਬਾਗੀਆਂ ਪਾਉਂਦੀ ਜਾਵੇ ਮੈਂ ਤਾਂ ਚਾਚਾ ਉੱਡਣਾ ਗੇਅਰ ਪਾ ਕੇ 2 ਘੰਟਿਆਂ 'ਚ ਵਾੜ ਦੂੰ ਡੋਡੇ ਹੀ ਆਣ ਸਰ ਉਹਦੇ ਸਸਤੇ ਆ ਮੇਰੇ ਸਾਲੇ ਹੈਂ ਮੈਥੋਂ ਚਾਚਾ ਇੱਕ ਗੱਲ ਹੋਰ ਆ ਹੋਈ ਮੈਂ ਤਾਂ ਕਹਿੰਦਾ ਡਿੱਗ ਪਈ ਨਹੀਂ ਹੈਗੀ ਆ ਅਮਲੀ ਦੇ ਮਾਪੇ ਮਰ ਜਾਂਦੇ ਆ ਮੇਰੇ ਸਾਲੇ ਖੜ ਜਾ ਮੇਰੀ ਚੱਕੀ ਆ ਇਹ ਤੇਰੀ ਤੇਰੀ ਕਿਹੜੀ ਹੈ ਆਹ ਸਾ ਤੇਰੇ ਵਾਲੀ ਹੈ ਮੜੀ ਡਲੀ ਪੱਟ ਕੇ ਫੇਰ ਦੂੰਗਾ ਮੈਂ ਜਾਣ ਕੇ ਇੱਥੋਂ ਬੜੇ ਕਢਾਉਣ ਦੇ ਮਾਰੇ ਨੇ ਮੰਗੀ ਸੀ ਫੇਰ ਤੂੰ ਮੈਨੂੰ ਸਾਰਾ ਪਤਾ ਹੋ ਗਿਆ ਵਿਸ਼ਵਾਸ ਦਾ ਟਾਈਮ ਨਹੀਂ ਰਹਿ ਗਿਆ ਮੇਰਾ ਸਾਲਾ ਮੇਰੀ ਜੇਬ ਤੇ ਗਿੱਧਾ ਹੀ ਪਾਉਂਦੀ ਚਾਲ ਕਰਾ ਲੈ ਰੱਬ ਦਾ ਨਾਂ ਲਾ ਲੈ ਕਰਾਂ ਮੂਰੇ ਤਾਂ ਹੱਥ ਲਾਉਣਾ ਮਸ਼ੀਨ ਓਏ ਤੂੰ ਗੱਡੀ ਚਲਾ ਕੇ ਲੈ ਗਿਆ ਮੈਂ ਆਉਣਾ ਮਸ਼ੀਨ ਜਾ ਓਏ ਜਾ ਭੈਣ ਦੀ ਫੈਸਲਾ ਦੇਣੇ ਨਾ ਹੋਵੇ ਓਏ ਫੋਰਚੂਨਰ ਇਹਦੇ ਮੂਰੇ ਕੀ ਆ ਇਹਦਾ ਚਾਚਾ ਅਸਾਂ ਫੋਰਚੂਨਰ ਨੂੰ ਲਤੜ ਕੇ ਲੰਘ ਜਾ ਲਤੜ ਕੇ ਅੱਗੇ ਤੂੰ ਮੇਰਾ ਸਾਲਾ ਕਹਿਣਾ ਮੈਂ ਫੋਰਚੂਨਰ ਚਲਾਉਣੀ ਅੱਜ ਹੁਣ ਤੂੰ ਗੱਡੀ ਚਲਾ ਰਿਹਾ ਮੈਂ ਤਾਂ ਚਾਚਾ ਕਰਤਾਰ ਤੇ ਚੜੂੰ ਮੈਂ ਤਾਂ ਕਰਤਾਰ ਤੇ ਚੜੂੰ ਤੂੰ ਫੋਰਚੂਨਰ ਤੇ ਚੜ ਜਾ ਮੈਂ ਤਾਂ ਕਰਤਾਰ ਤੇ ਚੜੂੰ ਹੋ ਮੈਂ ਤਾਂ ਚੜੂੰਗਾ ਮੈਂ ਤਾਂ ਚੜੂੰਗਾ ਮੈਂ ਤਾਂ ਚੜੂੰਗਾ ਹੱਪ ਹੱਪ ਮੈਂ ਤਾਂ ਚੜੂੰਗਾ ਤਾਰ ਤੇ ਮੈਂ ਤਾਂ ਚੜੂੰਗਾ ਉਹ ਲੈ ਵੀ ਚੱਲਿਆ ਤੂੰ ਫੜ ਲਾ ਤੂੰ ਫੜ ਲੈ ਜਿਗਰੀਆ ਯਾਰਾ ਉਸਤਾਦ ਤੇਰਾ ਕੰਪੈਨ ਚਲਾਊਗਾ ਤੇਰੇ ਮਾਰ ਕੇ ਘਰੋ ਦੇ ਗਾਰਿਆ ਆ ਗਿਆ ਨੀ ਰਾਣੀਏ ਚੜ ਗਿਆ ਨੀ ਰਾਣੀਏ ਤੇਰੇ ਤੇ ਕਰਨੈਲ ਡਿੱਕ ਡੁੱਕ ਲੱਗਿਆ ਸਿਸਟਮ ਮੇਰਾ ਸ਼ਾਲਾ ਮੂਸੇ ਵਾਲੇ ਦੇ ਗਾਣੇ ਓ ਚਾਚਾ ਚਾ ਉਰੇ ਉਰੇ ਮਾ ਓ ਗੱਲ ਤਾਂ ਸੁਣ ਲੈ ਉਰੇ ਗੱਲ ਸੁਣ ਲੈ ਯਾਰ ਮੇਨ ਮੇਰੇ ਸਾਲੇ ਦੀ ਅਸਲੀ ਗੱਲ ਤਾਂ ਰਹੇ ਨਹੀਂ ਯਾਰ ਦਿਮਾਗ ਖਾਈ ਜਾਂਦਾ ਓ ਗੱਲ ਸੁਣ ਮਾੜਾ ਗੱਲ ਸੁਣ ਉਰੇ ਆ ਸਿੱਧੂ ਮੂਸੇ ਵਾਲੇ ਦੀ ਫੋਟੋ ਲਾ ਇਹਦੇ ਤੇ ਮੇਰੀ ਗੱਲ ਸੁਣ ਜੱਟ ਕਿਸਮਤ ਦਾ ਏਡਾ ਧਨੀ ਸੀ ਨਾ ਜੇ ਮਿੱਟੀ ਨੂੰ ਹੱਥ ਲਾ ਦਿੰਦਾ ਸੀ ਸੋਨਾ ਬਣ ਜਾਂਦਾ ਸੀ ਜੇ ਆਪਾਂ ਸਿੱਧੂ ਮੂਸੇ ਵਾਲੇ ਦੀ ਫੋਟੋ ਲਾਤੀ ਕਪੈਣ ਤੇ 1 ਦੀਆਂ 50 ਬਣ ਗਏ ਫਿਰ ਐਂ ਕਰਦੇ ਉੱਥੋਂ ਰਾਹ ਚ ਲੈ ਕੇ ਲਾ ਜਾ ਪਰ ਰਾਹ ਤੋਂ ਕਿੱਥੋਂ ਮਿਲੂ ਮੇਰਿਆ ਸਾਲਿਆ ਮੇਰਿਆ ਸਿੱਧੂ ਮੂਸੇ ਵਾਲਾ ਉਹ ਰੋੜਾ ਦੇ ਥਾਂ ਥਾਂ ਦੇ ਤਸਵੀਰਾਂ ਪਈਆਂ ਨੇ ਉਹਦੀਆਂ ਵੇਖਦੀਆਂ ਗੱਲ ਤਾਂ ਤੇਰੀ ਸਹੀ ਆ ਉਹਨੇ ਕਿਹਾ ਸੀ ਅੰਤ ਨੂੰ ਤੂੰ ਵੇਖ ਤਸਵੀਰਾਂ ਵੇਖੀਆਂ ਵੇਖਦੀਆਂ ਰਾਹ ਚੋਂ ਲਾਵਾਂਗੇ ਹਾਂ ਲੈ ਵੀ ਚੱਲਿਆ ਹੋਊਗਾ ਮੁੜ ਜਾ ਸਾਈਡ ਤੇ ਇੱਧਰ ਆ ਜਾ ਕਰਾਂ ਮੇਰੀ ਗੱਲ ਸੁਣ ਲੈ ਗੱਡੀ ਦੇ ਪਿੱਛੇ ਪਿੱਛੇ ਰੱਖੀ ਕੰਬਾਈਨ ਕਿਤੇ ਮੂਰੇ ਕੱਢ ਦੇ ਇਹ ਨਹੀਂ ਪਤਾ ਮੇਰਾ ਇਹ ਮੇਰੇ ਤੇ ਡਿਪੈਂਡ ਆ ਮੇਰੇ ਮੂਡ ਤੇ ਡਿਪੈਂਡ ਆ ਠੀਕ ਆ ਨਾ ਚੰਗਾ ਬਸ ਤੂੰ ਚੱਲ ਕਰਾਂ ਮੂਰੇ ਨਾਲ ਮੈਂ ਤੇ ਮੇਰਾ ਚੇਲਾ ਇਕੱਠੇ ਆਵਾਂਗੇ ਚਾਚਾ ਮੈਂ ਤੇ ਮੇਰਾ ਚੇਲਾ ਇਕੱਠੇ ਆਵਾਂਗੇ ਚੇਲਾ ਕਦੋਂ ਬਣ ਗਿਆ ਓਏ ਚੇਲੇ ਗੁਰੂ ਇੱਕੋ ਹੀ ਹੁੰਦੇ ਆ ਭਰਾ ਛੋਟਾ ਠੀਕ ਹੈ ਕੱਪੀ ਬੰਦਾ ਇਹਦੇ ਪਿੱਛੇ ਨਾ ਲੱਗ ਜੀ ਓ ਜਾ ਪਰੇ ਤੂੰ ਤਾਂ ਮੇਰਾ ਕਦੇ ਝੂਠ ਹੀ ਨਹੀਂ ਬੋਲਿਆ ਠੀਕ ਹੈ ਨਾ ਚਾਚੀ ਨੂੰ ਸਾਰਾ ਕੁਝ ਦੱਸ ਦੂੰ ਜਾ ਕੇ ਮੁੜ ਕੇ ਛਿੱਤਰਖਾਨਾ ਹੁੰਦਾ ਉਹ ਬੋਲਦਾ ਨਹੀਂ ਹਾਂ ਮੇਰੀ ਗੱਲ ਸੁਣ ਹਾਂ ਪਿੱਛੇ ਰੱਖੀਗਾ ਮੈਂ ਮੇਰੇ ਪਿੱਛੇ ਹੀ ਰੱਖੂੰਗਾ ਨਾ ਮੇਰੀ ਗੱਲ ਸੁਣ ਬੰਦੇ ਕੰਮ ਲੈਣਾ ਬੜਿਆ ਕੇ ਬੜਿਆ ਕੇ ਮੁੰਡਾ ਸਿਆਣਾ ਹੈ ਬੇਫਿਕਰ ਪੜਿਆ ਲਿਖਿਆ ਮੁੰਡਾ ਉਹੀ ਕਿਤੇ ਫੁੱਦੂ ਨਾ ਬਣਾ ਬੇਫਿਕਰ ਹੋ ਜਾ ਬੇਫਿਕਰ ਸਮਝ ਆ ਗਈ ਗੱਲ ਹਾਏ ਹਾਏ ਤਾਂ ਕਹਿੰਦੀ ਤੋਰ ਲਾ ਇਹਦੇ ਪਿੱਛੇ ਵਾਲਾ ਲੱਗੀ ਬਈ ਜੰਗਾ ਨਾ ਨਾ ਕੋਈ ਨਹੀਂ ਜਾ ਤੂੰ ਜਰਾ ਜੋ ਤੇ ਇਹ ਬੰਦਾ
ਛੇੜਤੇ ਕਰ ਲੈ ਛੇੜਤੇ ਓਏ ਛੇੜਤੇ ਅੱਛਾ ਲਾ ਦੋ ਤੂੰ ਬਤਾ ਇਹ ਨਾ ਹੋਵੇ ਮੈਂ ਲੱਤੜ ਦਿਆਂ ਉਹ ਤੇ ਛੇੜਤੇ ਲਾ ਦੀ ਤੂੰ ਓ ਜਾਓ ਜਾ ਪਰੇ ਛੁੱਡਲਾ ਛੁੱਡਲਾ ਤੇਰੇ ਨਾਲ ਜਿਹੜਾ ਦਿਓ ਵਾਲਾ ਮਚਾਉਣ ਨੂੰ ਫਿਰਦਾ ਠੀਕ ਹੈ ਨਾ ਇੱਥੇ ਲਾ ਦਨੇ ਆਪਾਂ ਠੀਕ ਹੈ ਚਲ ਆ ਜਾ ਫਿਰ ਪਿੱਛੇ ਪਿੱਛੇ ਰੱਖੀ ਜਾਂਗਾ ਪਿੱਛੇ ਰੱਖੂਗਾ ਤੂੰ ਇਹਨੂੰ ਤੋੜ ਲਾ ਦੀ ਮਾਂ ਨੂੰ ਜਾ ਕੇ ਮੂਰੇ ਨਾ ਕਰ ਦੀ ਮੈਨੂੰ ਚਾਚਾ ਚੰਡਾਲ ਚੜ ਗਿਆ ਲੜਾਈ ਨਾ ਪਾਈ ਹਾਰੇ ਹਾਰੇ ਲੜਾਈ ਨਾ ਪਾਈ ਤੋੜ ਲੈਣ ਦੇ ਓਏ ਤੋੜ ਲਾ ਉਹ ਕਦੋਂ ਪਹੁੰਚਾਂਗੇ ਮੱਫੀ ਜਾਣਾ ਆ ਖੜ ਜਾ ਉੱਤੇ ਜਾ ਇਹਨੇ ਦੋ ਰੋਕ ਲਿਆ ਹੁਣ ਉਹ ਖੜ ਜਾ ਯਾਰ ਹੁਣ ਤੋੜ ਲਾ ਹੁਣ ਲੈ ਤੜ ਦੂੰ ਓਏ ਖੜ ਜਾ ਯਾਰ ਇੱਕ ਮਿੰਟ ਖੜਾ ਲੈ ਤੋੜ ਲਾ ਕਰ बेफिक्र हो आप उड़ना गेर ही पा देना कर जा टेढ़ा होके लैण दे हटते ही नहीं बुक्कल ची आ जाती है बुक्कल ची ਮੇਰਾ ਸਾਲਾ ਮੇਰਾ ਉਹੀ ਮਾਰੀ ਜਾਂਦਾ ਹਾਰਨ ਤੋੜ ਲਾ ਹੁਣ ਇਹਨੂੰ ਐ ਤਾਂ ਪਹੁੰਚ ਗਏ ਐਮਪੀ ਫਿਰ ਆਪਾਂ ਕੋਈ ਨੀ ਹਾਰਨ ਮਾਰੀ ਜਾਂਦਾ मगर देख ला ओ जय विश्वकर्मा ए विश्वकर्मा रखी किरा दाते हाथ सिर ते तेरे रे मैडार किने रे नारी दा इंगणवारा उंगणवारा वारी दा हाय ओए चाचा हाए जा दिया लैंड कर दूंगा लैंड गड्डी जांदी है कपैन जांदी है चल हरदी रान गे हाय हाय ਇਹਦਾ ਤੂੰ ਐ ਦੇਖ ਲੈ ਵੀ ਐਮ ਪੀ ਪਹੁੰਚ ਗਿਆ ਜਾਣਾ ਆਪਾਂ ਤੇਰਾ ਨਖਰਾ ਤੇਰਾ ਤੇਰਾ ਨਖਰਾ ਮੇਰੇ ਛਾਲੇ ਦੀ ਜਾਂਦੀ ਆ ਛਾਲਾ ਮਾਰਦੀ ਫਿਰ ਮੈਨੂੰ ਕੋਈ ਰੋਕੇ ਨਾ ਤੇਰੇ ਐਰਾ ਹਾਏ ਓਏ ਹਾਏ ਓਏ 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 ਓ ਬੋਡੇ ਖਾਵਾਂਗੇ ਨਾਲੇ ਲੈ ਕੇ ਆਵਾਂਗੇ 5-6 ਕਿਲੋ ਡੋਡੇ ਲੈ ਕੇ ਆਵਾਂਗੇ ਐਮਬੀ ਦੇ ਵਿੱਚ ਇੱਕ ਦਿਨ ਕਾਰ ਵਾਲਿਆਂ ਨੇ ਲਹੂ ਪੀਤਾ ਓਏ ਆ ਕੇ ਵੱਡਾਂਗੇ ਅਮੀਰਗੜ੍ਹ ਵਾਲੇ ਆ ਕੇ ਆ ਕੇ ਵੱਡਾਂਗਾ ਠੀਕ ਆ ਹੁਣ ਕਪੈਨ ਲੈ ਲਈ ਸਾਰੇ ਹੀ ਹੱਥ ਜਾਗਦੇ ਆ ਕਿਆ ਨਾ ਪੀ ਲਈਏ ਢਾਬੇ ਤੋਂ ਪਾ ਗਿਆ ਜੋਤ ਓਏ ਰਾਜਵਾੜਾ ਖੜ ਜਾ ਓਏ ਜੋਤ ਇੱਕ ਮਿੰਟ ਹੈਲੋ ਓ ਚਾਚਾ ਗੱਡੀ ਮੋੜ ਕੇ ਰਿਆ ਮਗਰ ਤੂੰ ਤਾਂ ਗਾਹ ਲੰਘ ਗਿਆ ਯਾਰ ਉਹ ਗਾਹ ਨਹੀਂ ਆ ਜਾ ਮਾੜਾ ਜਿਹਾ ਰਜਵਾੜੇ ਢਾਬੇ ਤੇ ਖੜ ਗਏ ਅਸੀਂ ਕੀ ਕਰਨਾ ਇੱਥੇ ਆ ਜਾ ਮਾੜਾ ਜਿਹਾ ਕੰਮ ਹੈ ਤੁਰ ਲੈ ਯਾਰ ਗਾਹਾਂ ਤੋਂ ਮੋੜ ਕੇ ਲਿਆ ਗੱਡੀ ਮੋੜ ਕੇ ਲਿਆ ਅਸੀਂ ਰਜਵਾੜੇ ਢਾਬੇ ਤੇ ਖੜੇ ਆ ਮੇਰੇ ਸਾਲੇ ਬੰਦਰੇ ਬਹੁਤ ਜੋਤ ਆਪਾਂ ਲਾਉਨੇ ਇੱਥੇ ਸਾਈਡ ਤੇ ਚਾਹ ਚੂ ਪੀਨੇ ਆ ਰਗੜੀ ਤੁਰੇ ਆਉਣਾ ਸਮਾਨ ਠੀਕ ਹੈ ਨਾ ਉਹ ਯਾਰ ਤੁਰੇ ਤਾਂ ਆਪਾਂ ਹੁਣ ਸੀ ਜੇ ਆਪਾਂ ਇਹਨੂੰ ਢਾਬੇ ਤੇ ਦਾ ਖਰਚਾ ਨਾ ਕਰਾਇਆ ਇਹ ਤਾਂ ਲਾਚੜ ਜੂ ਸਾਡਾ ਫੋਰ ਮਹਿਲਾ ਦਾ ਫਰਜ਼ ਹੈ ਵੀ ਰੱਜ ਕੇ ਖਾਂ ਤੇ ਦੱਬ ਕੇ ਵਾ
ਟੱਟ ਚ ਭੁੱਖ ਲੱਗੀ ਐ ਐਮਪੀ ਜਾ ਬਣਾਂਗੇ ਟੱਟੂ ਪਹਿਲੇ ਟਾਪੇ ਤੋਂ ਸ਼ੁਰੂ ਕਰ ਓਏ ਤੈਨੂੰ ਨਹੀਂ ਪਤਾ ਜੋਤ ਇਹ ਨਾ ਲਿਚੜਾਏ ਮਾੜੇ ਹੁੰਦੇ ਆ ਮਾਲਕ ਜੇ ਸਾਰੇ ਦੇਖ ਰਹੇ ਆ ਵੀ ਕਰਨੈਲ ਚਲਾ ਲਿਆ ਜੋ ਤੋਏ ਪਾਰਕਿੰਗ ਚਲਾ ਦਿਆਂ ਪਰ ਮੇਰੇ ਸਾਲੇ ਦੀ ਮੁੜੂ ਕਿੱਥੋਂ ਬਣਾਓ ਥਾਂ ਹੈ ਨਹੀਂ ਇਹ ਇਹ ਕਾਰਾਂ ਹੀ ਕਾਰਾਂ ਖੜੀਆਂ ਖੜ ਜਾ ਤਿੰਗਣੇ ਵੜਾ ਗੜਾ ਤੂੰ ਗੜਾ ਟੜਾ ਉਹ ਉੱਥੇ ਲਾ ਦਿੰਦੇ ਹੈ ਨਾ ਤਿੜੀ ਨਾ ਵੜਾ ਡਾੜੀ ਡੜੀ ਰਾੜੜਾ ਰੜਾ ਡੁੰਡੜਾ ਡੁੰਡੜਾ ਕਮਾ ਦੇ ਤਿੰਗਣਾ ਡਾੜੀ ਨੁੰਗੜਾ ਵੇ ਡੁੰਗੜਾ ਡਾੜੀ ਨੁੰਗੜਾ ਬਾਪੂ ਇਹਨੂੰ ਲਵਾ ਅਕਸਰ ਨੂੰ ਅਸੀਂ ਵੀ ਗਾਹਕ ਹੈ ਅਸੀਂ ਵੀ ਪੈਸੇ ਵਟਾਉਣੇ ਆ ਸਾਡੀ ਵੀ ਕੰਪੈਨ ਲਵਾ ਪਾਰਕਿੰਗ ਤੇ ਮੈਂ ਤਾਂ ਮੇਰੇ ਸਾਲੇ ਦੀ ਛੂਈ ਦੇ ਨਖਾਰੇ ਥਾਣੀ ਕੱਢ ਦੂੰ ਛੂਈ ਦੇ ਨਖਾਰੇ ਥਾਣੀ ਤਿੰਗ ਤਿੰਗੜਾ ਨਿੰਗੜਾ ਮੇਰਾ ਸਾਲਾ ਡੋਡਿਆਂ ਦਾ ਚਾਹ ਹੋਵੇ ਜੋਤ ਜਿਹੜੇ ਡੋਡੇ ਮਿਲਦੇ ਨਾ ਐਮ ਪੀ 'ਚ ਮੇਰਾ ਸਾਲਾ ਪਿਓਰ ਮਾਲ ਜਦੋਂ ਖਾਧਾ ਫੇਫੜੇ ਵੀ ਕਹਿਣ ਗਿਆ ਕਿੱਥੇ ਆ ਗਏ ਖਾ ਪੀ ਲਾ ਤੇ ਨਾਲੇ ਮੂਤ ਮਤਈਆ ਕਰ ਲਈਏ ਉਹ ਯਾਰ ਤੈਨੂੰ ਕੀ ਪਤਾ ਜਦੋਂ ਖਾਵਾਂਗੇ ਹੱਗਾਂ ਮੂਤਾਂਗੇ ਵੀ ਠੀਕ ਹੈ ਨਾ ਚੱਲ ਆ ਜਾ ਕਰਾਂ ਆ ਜਾ ਹੈਂਡ ਹੁੰਡ ਬ੍ਰੇਕ ਜੇ ਖਿੱਚਦੀ ਕਰਾਂ ਇਹ ਕੰਮ ਜਿਹੜਿਆਂ ਦਾ ਹੁੰਦਾ ਜਿਹੜੇ ਫੋਰਮੈਨ ਇਹਦਾ ਕੰਮ ਵੱਡਾ ਵੱਡਾ ਹੀ ਕਰਦੇ ਆ ਮੇਰਾ ਸਾਲਾ ਐਂ ਲੱਗਦਾ ਵੀ ਜਿਵੇਂ ਨਾ ਅੱਧ ਸਮਾਨ 'ਚ ਫਿਰਦੇ ਹੋਈਏ ਇਹ ਇੱਕ ਤਾਂ ਮੇਰਾ ਸਿਆਲਾ ਚੀ ਇਹਦਰਾ ਵਿੱਚ ਆ ਜਾਂਦਾ ਖੜ ਜੀ ਖੜ ਜੀ ਦੋ ਪੈਰ ਘੱਟ ਤੁਰਨ ਤੁਰਨਾ ਮੜਕਦੇ ਨਾਲ ਆ ਜਾ ਕਰਾਂ ਆ ਜਾ ਕਰਾਂ ਮੇਰਾ ਸਾਲਾ ਮੂਤ ਮਤਈਆ ਤਾਂ ਕਰ ਲੈ ਪਹਿਲਾਂ ਮੇਰਾ ਸਾਲਾ ਖਾਣ ਦੀ ਸਿਧੀ ਲੱਗੀ ਆ ਅੱਗੇ ਨੂੰ ਇਹ ਨੀ ਪਤਾ ਬੰਦੇ ਵਾਲੀ ਫੋਟੋ ਪਾਈ ਆ ਬੰਦੇ ਵਾਲੇ ਪਾਸੇ ਵੜ ਜਾ ਤੇਰਾ ਸਾਲਾ ਇੱਕ ਤਾਂ ਅੰਗਰੇਜ਼ੀ ਫੈਸ਼ਨਾਂ ਦੇ ਪੱਟੇ ਆ ਇਹਦੇ 'ਚ ਤਾਂ ਮੂੰਹ ਤਾਲਾ ਲੱਗਦਾ ਇਹ ਤਾਂ ਨਹੀਂ ਮੂੰਹ ਤਾਲਾ ਉਹ ਇੱਧਰ ਓਏ ਇਹ ਕੀ ਮੇਰੇ ਸਾਲੇ ਟੰਬੇ ਜੇ ਲਾਏ ਪਏ ਆ ਚੱਲ ਕੋਈ ਨਹੀਂ ਮੇਰੇ ਸਾਲੇ ਦੀ ਦੇਖ ਲੈ ਜੋ ਤਾਂ ਸਾਇੰਸ ਕਿੰਨੀ ਵੱਧ ਗਈ ਮੂਤਣ ਨੂੰ ਵੀ ਮੇਰੇ ਸਾਲਿਆਂ ਨੇ ਕਿੰਨਾ ਸੋਹਣਾ ਲਾਇਆ ਵੈ ਲਿਆ ਮਾਰਿਆ ਵੇ ਹੁਣ ਤਿੰਗਲੀ ਮਾਰਨੀ ਆ ਜਾ ਕਰਾਂ ਜੋਤ ਦਵਾ ਦਵ ਮੌਤ ਮਤਾਈ ਹੈ ਕਰਕੇ ਵੇ ਹੁਣ ਮੇਰੇ ਚਾਹ ਚੜਿਆ ਪਿਆ ਓਏ ਮੇਰਾ ਸਾਲਾ ਓਏ ਚਾਹ ਚੜਿਆ ਪਿਆ ਆਰਡਰ ਤੇ ਆਰਡਰ ਠੋਕੀ ਤੁਰਿਆ ਢੱਡ ਭਰ ਲਾ ਬਸ ਮੁੜ ਕੇ ਐਮ ਪੀ ਜੀ ਰੋਕਾਂਗੇ ਇਹ ਕਾ ਦੁੱਧ ਵਾਲਾ ਦੇਣਾ ਕੱਢ ਕੇ ਹਾਂ ਹਾਂ ਇੱਕ ਦੁੱਧ ਵਾਲਾ ਨਿਕਾਲ ਕੇ ਦੇਣਾ ਹਾਂ ਲੈ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਠੀਕ ਹੈ ਨਾ ਆਰਡਰ ਲੈ ਲਾ ਵੀ ਪੂਰਾ ਫੁੱਲ ਏ ਸੀ ਉਸੀ ਮੈਂ ਬੈਠਕ ਬਾਹਰ ਬਹਿਣਾ ਜੋ ਤੋ ਤੂੰ ਲੱਕ ਲੱਕ ਬਾਲਾ ਚਾਹ ਚੜਿਆ ਜੋ ਤਾਂ ਬਸ ਠੰਡੇ ਤੇ ਠੰਡਾ ਰੈਗੜੀ ਤੁਰਿਆ ਹੋਣਾ ਇਹ ਗਰਮੀ ਹੈ ਨਾ ਥੋੜ੍ਹੀ ਜਿਹੀ ਹਲੇ ਇਸ ਕਰਕੇ ਠੰਡਾ ਪੀਣਾ ਫੋਰਮੈਨ ਨੂੰ ਜ਼ਰੂਰੀ ਹੈ ਜਦੋਂ ਫੋਰਮੈਨ ਨੇ ਠੰਡਾ ਪੀਤਾ ਤਾਂ ਸਮਝ ਲਾ ਚੇਲਿਆਂ ਨੇ ਪੀ ਲਿਆ ਆ ਜਾ ਕਰਾਂ ਇਹ ਤਿੰਨ ਵਾਲੀ ਸ਼ੀਟ ਲੈ ਲਾ ਚਾਚਾ ਵੀ ਆਉਂਦਾ ਤਿੰਨ ਵਾਲੀ ਸ਼ੀਟ ਲੈ ਲਾ ਚਾਚਾ ਵੀ ਆਉਂਦਾ ਖੋਲ ਲਾ ਖੋਲ ਲਾ ਚਾਚੇ ਦੇ ਆਉਂਦੇ ਨੂੰ ਪੀ ਜਾ ਬਸ ਸ਼ਾਂਤੀ ਆ ਗਈ ਇਹ ਵੀ ਜੋਤ ਸਿਆ ਸੜਦੇ ਕਰਾ ਅੰਦਰ ਚਾਚਾ ਸਿਆਉਂਦਾ ਹਾਂ ਚਾਚਾ ਸਿਓ ਉਹ ਜਰ ਚਾਚਾ ਸਿਓ ਰਜਵਾੜੇ ਢਾਬੇ ਤੇ ਬੈਠੇ ਆ ਕਪੈਨ ਖੜੀ ਆ ਮੈਂ ਮਗਰਲੇ ਪਾਸੇ ਬੈਠਾ ਰਜਵਾੜੇ ਦੇ
ਮਿਚਦੀ ਨਾ ਕਿ ਮਗਰਲੇ ਪਾਸੇ ਆ ਜਾ ਬੜਾ ਵਧੀਆ ਬਣਿਆ ਚਾਚਾ ਉਹ ਯਾਰ ਚਾਹ ਪਾਣੀ ਨਹੀਂ ਪੀਣਾ ਆ ਜਾ ਆ ਜਾ ਮੱਚੀ ਜਾਂਦਾ ਮੇਰਾ ਜਿਹੜਾ ਕਿਆ ਹੋ ਵੀ ਹੁਣ ਖਾਈਏ ਪੀਏ ਨਾ ਠੀਕ ਹੈ ਲੱਸਾ ਪਰੌਠਾ ਕਰਦੇ ਅੱਠ ਤੇ ਇੱਕ ਮਿਕਸ ਵੈਜੀਟੇਬਲ ਤੇ ਆਪਣਾ ਗੋਭੀ ਦੀ ਸਬਜ਼ੀ ਗੋਭੀ ਮਸਾਲਾ ਕਰ ਦੋ ਜਾਂ ਆਲੂ ਗੋਭੀ ਕਰ ਦੋ ਦੋਨੋਂ ਹੀ ਕਰਦੇ ਮਸਾਲਾ ਵੀ ਕਰਦੇ ਦੂਜਾ ਕਰਦੇ ਤੇ ਹੋਰ ਕੀ ਆ ਕੋਈ ਰਾਇਤਾ ਸਲਾਦ ਸਰ ਰਾਇਤਾ ਤਾਂ ਜ਼ਰੂਰੀ ਹੈ ਸਲਾਦ ਵੀ ਜ਼ਰੂਰੀ ਕਰ ਦੋ ਸਰ ਰਾਇਤਾ ਕਰਦੇ ਤਿੰਨ ਦੋ ਮੈਂ ਖਾ ਲੂ ਆਪਣਾ ਚਾਰ ਰਾਇਤਾ ਸਰ ਮਿਕਸ ਰਾਇਤੇ ਕਰ ਦੋ ਮਿਕਸ ਕਰਦੇ ਮਿਕਸ ਮਤਲਬ ਵੱਡਾ ਹੀ ਚਾਹੀਦਾ ਆਪਾਂ ਨੂੰ ਓਕੇ ਸਰ ਤੇ ਸਲਾਦ ਕਰਦੇ ਸਲਾਦ ਕਿੰਨੇ ਕਰ ਦੋ ਇੱਕ ਦੋ ਸਲਾਦ ਤਿੰਨ ਤਿੰਨ ਸਲਾਦ ਤਿੰਨ ਸਲਾਦ ਕਰਦੇ ਤੇ ਉਦੋਂ ਬਾਅਦ ਚ ਸਵੀਟ ਮੈਂ ਕਿਹਾ ਹੈ ਆਪਣੇ ਪਾਸ ਸਵੀਟ ਮੈਂ ਗੁਲਾਬ ਜਾਮੁਨ ਹੈ ਰਸ ਮਲਾਈ ਹੈ ਖੀਰ ਹੈ ਔਰ ਆਈਸ ਕ੍ਰੀਮ ਹੈ ਸਰ ਚਾਰੋਂ ਹੀ ਇਹ ਕਰਦੇ ਚਾਰੋਂ ਹੀ ਕਰਨਾ ਚਾਰੋਂ ਹੀ ਇਹ ਕਰਦੇ ਕਰ ਦਿਆ ਸਰ ਤੇ ਦੋ ਦੋ ਸਮੋਸੇ ਲਾ ਦੇ 6 ਸਮੋਸੇ ਕਰ ਦੇ ਸਮੋਸੇ ਪਹਿਲੇ ਲਿਆਣੇ ਸਰ ਖਾਣੇ ਨਾ ਬਾਅਦ ਮੈਂ ਖੀਰ ਹਾਂ ਤੇ ਚਾਰ ਖੀਰ ਤੇ ਕੋਕਾ ਕੋਲਾ ਤੇ ਲਿਮਕਾ ਦੇ ਠੰਡਾ ਕਿੰਨੀ ਕਰ ਦੋ ਇੱਕ ਦੋ ਦੋ ਕਰ ਦੋ 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 ਕਰ ਦੋ ਓਕੇ ਸਰ ਦੋ ਦੋ ਜੇ ਕਰ ਦੋ ਔਰ ਤੁਹਾਡੇ ਢਾਬੇ ਦੀ ਰਜਵਾੜੇ ਦੀ ਫੇਮਸ ਚੀਜ਼ ਕਿਆ ਹੈ ਵੈਜ ਵਿੱਚ ਚਾਹੀਏ ਸਰ ਨਾਨ ਵੈਜ ਵਿੱਚ ਚਾਹੀਏ ਆਪਕੋ ਇਹ ਨਾਨ ਵੈਜ ਕਿਆ ਹੁੰਦਾ ਹੈ ਨਾਨ ਵੈਜ ਚਿਕਨ ਚਿਕਨ ਹਾਂ ਜੀ ਆ ਕਰ ਚਿਕਨ ਕਰ ਦੇ ਕਿਹੜਾ ਲਗਵਾ ਦੋ ਬੈਸਟ ਲਗਵਾ ਦੋ ਯਹਾਂ ਕਾ ਬੈਸਟ ਲਗਾ ਦੇ ਲਗਵਾ ਦਿੰਦੇ ਸਰ ਮੱਛੀ ਵੀ ਹੈ ਮੱਛੀ ਵੀ ਹੈ ਮੱਛੀ ਵੀ ਕਰਾ ਰਾ ਜੋਤ ਹਾਂ ਮੱਛੀ ਵੀ ਗ੍ਰੇਵੀ ਮੈਂ ਚਾਹੀਏ ਸੁੱਕਾ ਚਾਹੀਏ ਬੜੀਆ ਬਣਾ ਕੇ ਦੇ ਬੜੀਆ ਬਣਵਾ ਦੇ ਫਿਸ ਫਰਾਈ ਬਣਵਾ ਦਿੰਦੇ ਬੜੀਆ ਹਾਂ ਬਣਾ ਦੇ ਫਿਸ ਫਰਾਈ ਜਿਹੜੀ ਟਾਪੇ ਚਿਕਨ ਮੈਂ ਲਗਵਾ ਦਿੰਦੇ ਤੁਹਾਰਾ ਓਏ ਹੋ ਕੀ ਕਰਦਾ ਇੱਥੇ ਬੈਠਾ ਮੈਂ ਝੋਨੇ ਨੂੰ ਪਾਣੀ ਲਾ ਰਿਹਾ ਤੈਨੂੰ ਨਹੀਂ ਦਿੱਤਾ ਵੀ ਖਾਰ ਪੀ ਰਹੇ ਭੁੱਖੇ ਆ ਤੜਕੇ ਦੇ ਮੈਂ ਹੁਣ ਤਾਂ ਘਰੋਂ ਤੁਰਿਆ ਯਾਰ ਕੀ ਕਰਾਂ ਇੱਥੇ ਕੀ ਕਰਾਂ 3 ਵਜੇ ਦਾ ਆਇਆ ਮੈਂ ਮਸ਼ੀਨ ਕੋਲੇ ਠੀਕ ਹੈ ਨਾ ਹੁਣ ਘਰੋਂ ਤੁਰਿਆ ਫਿਰ ਇਹਦਾ ਮਤਲਬ ਅਸੀਂ ਕੁਝ ਖਾਈਏ ਪੀਏ ਨਾ ਤੂੰ ਤਾਂ ਫਿਰ ਸਾਨੂੰ ਮੁੱਲ ਖਰੀਦ ਲਿਆ ਬੈ ਵੇ ਤੇਰੇ ਪੀ ਲਿਆ ਤਾਂ ਚੱਲ ਚੱਲੀਏ ਓ ਲੈ ਆਰਡਰ ਦਿੱਤਾ ਬਹਿ ਜਾ ਖਾਈਏ ਪੀਏ ਨਾ ਬੱਲੇ ਤੇਰੇ ਚੁੱਲੜੀਆ ਸਰਦਾਰ ਜੇ ਤੇਰੇ ਲੱਗ ਤੂੰ ਤਾਂ ਸਾਡੇ ਪਹਿਲੇ ਦਿਨ ਰੋਟੀ ਟੁੱਕ ਚ ਲੱਤ ਮਾਰਨ ਲੱਗ ਗਿਆ ਗਾਹਾਂ ਤੂੰ ਸਾਡੇ ਕਿੱਥੇ ਪੂਰੀਆਂ ਪਾਏਗਾ ਤੂੰ ਤਾਂ ਸਾਨੂੰ ਭੁੱਖੇ ਮਾਰ ਦੇਗਾ ਉਹ ਤੂੰ 76 ਨਾ ਖਾ ਲਈ ਦੇਖਦਾ ਲੈ ਕਿੱਡਾ ਵੱਡਾ ਆਰਡਰ ਤਾਂ ਦੱਸ ਬਈ ਦੱਸੀ ਮਾੜੇ ਕਿੰਨੇ ਬੰਦੇ ਖਾ ਜਾਣਗੇ ਮੇਰਾ ਤੂੰ ਰਾਜ ਕਿਤੇ ਹੋਰ ਮਾਰ ਲਈ ਹਜੇ ਵੱਜੇ ਦਾ ਹਜੇ ਸਾਰੇ 3 ਨੇ ਤਿੰਨ ਵੱਜੇ ਕਿੰਨੀ ਤੱਕ ਰਾਤ ਨੂੰ ਨੀਂਦ ਆਊਗੀ ਖਾ ਕੇ ਹੁਣ ਤਾਂ ਖਾਧਾ ਤੈਨੂੰ ਨਹੀਂ ਪਤਾ ਮਸ਼ੀਨਾਂ ਚਲਾਉਣੀਆਂ ਬਹੁਤ ਔਖੀਆਂ ਤੂੰ ਚੁੱਪ ਕਰਕੇ ਤੁਰ ਉਹ ਵੀ ਤਾਂ ਬੰਦੇ ਹੀ ਆ ਨਾਲ ਤੇਰੇ ਬੈਠਾ ਉਹ ਵੀ ਤਾਂ ਨਾਲ ਹੀ ਸੋਲਡੀ ਤੁਰਿਆ ਆਉਂਦਾ ਜੋ ਮੈਂ ਕਹਿੰਦਾ ਉਹ ਵੀ ਸੋਲਡ ਜਾਂਦਾ ਉਹ ਮਨੇ ਨਹੀਂ ਕਰਦਾ ਕਿਸੇ ਚੀਜ਼ ਨੂੰ ਹੁਣ ਮੈਂ ਦੱਸ ਇੱਥੇ ਕੀ ਕਰਾਂ ਯਾਰ 10-15 ਕਿਲੋਮੀਟਰ ਆਏ ਹੋਏ ਵੱਧ ਤੋਂ ਵੱਧ ਆਪਾਂ ਹੁੰਦਾ ਯਾਰ ਕਿਉਂ ਐਂ ਕਰਦਾ ਯਾਰ ਇਹਦਾ ਮਤਲਬ ਰੋਟੀ ਯਾਰ ਮੈਂ ਤਾਂ ਚੱਲਿਆ ਯਾਰ ਤਾਂ ਚੱਲੇ ਠੀਕ ਹੈ ਹਾਂ ਚਲੋ ਆਪਾਂ ਚੱਲਦੇ ਆ ਕਿਉਂ ਇਹ ਮੇਰਾ ਚੇਲਾ ਬਾਲਕ ਹੈ ਲੈ ਜਾਂਦਾ ਮੋੜ ਕੇ ਆਪਦੀ ਮਸ਼ੀਨ ਦੀ ਮੇਰੀ ਗੱਲ ਸੁਣ ਲੈ
ਮੇਰਾ ਸਾਲਾ ਟੱਬਾ ਵੱਡਾ ਬੇਇੱਜ਼ਤੀ ਇੰਨੀ ਇੰਨਾ ਖਾਣਾ ਨਹੀਂ ਖਾਦਾ ਸਰਦਾ ਸੁੰਦਾ ਵਧੀਆ ਖਾਣਾ ਉਹ ਖਾ ਤਾਂ ਲੈ ਪਰ ਇੰਨਾ ਤਾਂ ਨਹੀਂ ਖਾ ਸਕਦਾ ਤੂੰ ਤਾਂ ਮੱਛੀਆਂ ਮੁੱਛੀਆਂ ਬਿਹਾਰ ਚ ਵੜ ਜਾਣਾ ਤੇ ਚੌਲ ਮਿਲਣਗੇ ਪੰਜਾਬੀ ਢਾਬੇ ਦੇ ਖਾਣਾ ਖਾ ਲੈਣ ਦੇ ਖਾ ਲੈ ਠੀਕ ਹੈ ਨਾ ਖਾ ਲੈ ਮਗਾਲਾ ਆਰਡਰ ਖਾਣਾ ਬਾ ਕਰਤਾ ਆਰਡਰ ਲਿਆ ਦੇ ਵੀ ਕਰਾਂ ਵੱਡਾ ਯਾਰ ਮੈਂ ਦੱਸਦਾ ਤੈਨੂੰ ਆਰਡਰ ਕੀ ਕੀ ਲੈ ਕੇ ਆਵਾਂ ਤੂੰ ਦੇ ਨਾ ਫੇਰੇ ਤੂੰ ਦੇ ਨਾ ਫੇਰੇ ਬਹਿ ਜਾ ਹੁਣ ਆਪਦਾ ਆਰਾਮ ਨਾਲ ਖੜਤਾ ਜਾ ਪਾਣੀ ਦਾ ਪੀ ਲੈਣ ਦੇ ਪੀ ਲੈ ਪਾਣੀ ਪਾਣੀ ਮਾਰਦਾ ਕਿਤੇ ਗੱਲ ਗਲੋਰੀਆਂ ਜੀ ਕਪੈਲ ਲੈ ਲਈ ਆਪਦੇ ਆਪ ਨੂੰ ਭਗਵਾਨ ਤਮਾਨ ਹੀ ਸਮਝਦਾ ਢਾਬਾ ਛੋਟਾ ਇਹ ਹਾਂ ਮੁੜਕੇ ਮੁੜਕੇ ਹੋਇਆ ਤੈਨੂੰ ਭਾਲਦਾ ਮੈਂ ਗੱਡੀ ਦੇ ਬਾਰੇ ਤੰਗਾ ਬੜਾ ਇਹ ਉਹ ਬਹੁਤ ਲਗਜ਼ਰੀ ਢਾਬਾ ਇਹ ਮਸ਼ਹੂਰ ਆ ਤਨਵਲੇ ਚ ਓਏ ਉਹ ਤਾਂ ਠੀਕ ਹੈ ਮੇਰੀ ਗੱਲ ਸੁਣ ਲਓ ਹੁਣ ਸਰਦੀ ਸੋਦੀ ਚੀਜ਼ਾਂ ਮੰਗਾਲਾ ਜੇ ਮੰਗਾਉਣੀਆਂ ਨੇ ਹੈ ਸਰਦੀਆਂ ਸੋਦੀਆਂ ਚੀਜ਼ਾਂ ਮੰਗਾਲਾ ਜੇ ਮੰਗਾਉਣੀਆਂ ਤਾਂ ਆਰਡਰ ਤਾਂ ਦੇਤਾ ਆਰਡਰ ਤਾਂ ਦੇਤਾ ਇਹ ਤਾਂ ਆਰਡਰ ਹੈ ਕੀ ਆਰਡਰ ਦਿੱਤਾ ਆ ਲਿਖਾਤਾ ਮੁੰਡੇ ਨੂੰ ਸਾਰਾ ਨਹੀਂ ਉਹ ਨਹੀਂ ਮੰਗਣਾ ਤਾਂ ਬੜਾ ਵੱਡਾ ਆਰਡਰ ਹੈ ਯਾਰ ਯਾਰ ਫਿਰ ਹੁਣ ਆਰਡਰ ਛੋਟਾ ਕਰ ਦੇ ਆਰਡਰ ਪੀੜਾ ਕਰ ਦੇ ਤੂੰ ਚੁੱਪ ਕਰਕੇ ਠੀਕ ਹੈ ਜੇ ਚਾਹ ਜੂ ਪੀਣੀ ਪੀ ਲੈਣੀ ਚੁੱਪ ਕਰਕੇ ਤੁਰਦਾ ਲੱਗ ਤੂੰ ਤੂੰ ਰਹਿਣ ਦੇ ਤੂੰ ਠੀਕ ਹੈ ਨਾ ਜੇ ਖਵਾਉਣਾ ਪਿਉਣਾ ਨਹੀਂ ਯਾਰ ਭੁੱਖੇ ਨਹੀਂ ਮਰਦੇ ਯਾਰ ਭੁੱਖੇ ਨਹੀਂ ਮਰਦੇ ਯਾਰ ਤਾਂ ਚੱਲੇ ਈੜ ਬੈੜਾ ਹਾਂ ਜਾ ਭੱਜ ਜਾ ਨਾਲੇ ਮੈਂ ਵੱਡੂ ਨਹੀਂ ਤੈਨੂੰ ਜਾ ਭੱਜ ਭੱਜ ਉਹ ਜਾਣਦਾ ਤੂੰ ਆ ਮਸ਼ੀਨਾਂ ਨਹੀਂ ਚੱਲਣੀਆਂ ਓਏ ਭੱਗ ਜਾ ਤੂੰ ਨਹੀਂ ਚੱਲਣੀਆਂ ਹਾਂ ਲੱਗ ਤੇ ਤਰਗਦੇ ਮੁੜ ਕੇ ਮਿੰਤਾਂ ਜੀਆਂ ਲੱਗ ਜਾਂਦੇ ਕਰਨ ਫਿਰ ਛੇਤੀ ਛੇਤੀ ਫਿਰ ਤੈਨੂੰ ਇਹ ਵੀ ਹੋ ਜਾਂਦਾ ਵੀ ਸਾਡੇ ਬਿਨਾ ਸਰਨਾ ਨਹੀਂ ਉਹ ਤੂੰ ਭੱਗ ਜਾ ਹੁਣ ਜਾ ਭੱਗ ਜਾ ਉਹ ਤੂੰ ਬਹਿ ਜਾ ਆਰਾਮ ਨਾਲ ਕਿਤੇ ਜੜ ਬੈਠਾ ਮੈਂ ਤਾਂ ਦੱਸਾਂ ਮਿੰਤ ਕਰਵਾਵੇਂ ਮੈਥੋਂ ਕਿਤੇ ਹੋਰ ਤੂੰ ਠੀਕ ਹੈ ਕੀ ਖਾਣਾ ਦੱਸ ਹੁਣ ਐ ਕਰ ਯਾਰ ਚਾਹ ਲਿਆ ਦੇ ਨਾਲ ਰਸ ਮਲਾਈ ਲਿਆ ਦੇ ਕੋਈ ਚੋਣ ਰਸ ਮਲਾਈ ਖਾਣਾ ਓ ਮੈਂ ਖਾਣਾ ਓ ਮੈਂ ਖਾਣਾ ਮੈਂ ਖਾਣਾ ਰਸ ਮਲਾਈ ਠੰਡੀ ਹੁੰਦੀ ਆ ਪਰੌਣਿਆਂ ਚਾਹ ਗਰਮ ਹੁੰਦੀ ਆ ਚਾਹ ਨਾ ਖਾਣ ਨੂੰ ਓਏ ਓਏ ਇਹ ਢਿੱਡ ਥੋੜੀ ਆ ਫਰਿੱਜਾਂ 'ਚ ਜਿਹੜਾ ਕੁਛ ਮਰਜ਼ੀ ਰੱਖ ਦੇ ਮੇਰਾ ਸਾਲਾ ਐਕਸੈਪਟੀ ਆ ਇਹਨੂੰ ਐ ਕਰ ਵੀ ਇੱਕ ਚਾਹ ਲਿਆ ਦੇ ਇੱਕ ਰਸ ਮਲਾਈ ਲਿਆ ਦੇ ਤੂੰ ਦੱਸ ਬਈ ਕੀ ਖਾਣਾ ਇੱਕ ਰਸ ਮਲਾਈ ਚਾਹ ਇਹਨੂੰ ਚਾਹ ਨਾ ਖਾਏਂਗੇ ਰਸ ਮਲਾਈ ਤੂੰ ਹਾਂ ਇਹ ਵੀ ਖਾ ਲੂ ਮੇਰੇ ਸਾਲੇ ਮੈਨੂੰ ਐ ਲੱਗਦਾ ਇਹਦਾ ਤੇਰਾ ਵੀ ਦਿਮਾਗ ਖਲਾਦਾ ਉਹ ਨਹੀਂ ਹਿਲਦਾ ਦਿਮਾਗ ਏਸੀ ਆਪਣੇ ਕਮਰਾ ਹੈ ਹੈ ਕਿ ਨਹੀਂ ਚੱਲ ਇੱਥੇ ਹੀ ਲਿਆ ਦੇ ਅੰਨੇ ਕਿਉਂ ਕੱਢਦਾ ਹੁਣ ਅੰਨੇ ਕਿਉਂ ਕੱਢਦਾ ਸਾਰਾ ਤਾਂ ਮੇਰਾ ਆਰਡਰ ਕੈਨਸਲ ਕਰਿਆ ਤੇ ਹੁਣ ਤੂੰ ਲਿਆ ਦੇ ਵੀ ਆਪਣਾ ਸਾਰਾ ਕੁਝ ਮੈਨੂੰ ਕੱਲੀ ਰਸ ਮਲਾਈ ਲਿਆ ਦੇ ਦੋ ਚਾਹ ਦੋ ਰਸ ਮਲਾਈ ਹਾਂ ਹਾਂ ਲਿਆ ਦੇ ਹੁਣ ਠੀਕ ਹੈ ਤੂੰ ਇਹ ਸਮਝ ਮੈਂ ਤੈਨੂੰ ਹੋਰ ਦੱਸਦਾ ਜਿਹੜਾ ਤੂੰ ਮੈਨੂੰ ਕਪੈਨ ਤੇ ਫੋਰਮੈਨ ਰੱਖ ਲਿਆ ਐਂ ਦੇਖ ਲੈ ਵੀ ਇਹ ਨਹੀਂ ਪਤਾ ਗਿੰਨੀ ਬੁੱਕ ਚ ਨਾਂ ਦਰਜ ਹੋ ਜੇ ਤਾਂ ਮੇਰਾ ਸਲੇ ਇਹਦਾ ਵੀ ਦਿਮਾਗ ਖਿਲਾ ਤਾ ਉਹ ਜਰ ਇਹਦਾ ਦਿਮਾਗ ਇਹਨੂੰ ਮੈਂ ਸਿਖਾ ਰਿਹਾ ਠੀਕ ਹੈ ਨਾ ਵੀ ਮਾਲਕਾਂ ਨਾਲ ਕਿਵੇਂ ਪੜਨਾ ਕਿ ਤੁਸੀਂ ਮਾਲਕ ਹੁੰਨੇ ਆ ਲਚੜਾਏ ਨਾ ਮਾੜੇ ਹੁੰਨੇ ਆ ਮਾਲਕ ਤੁਸੀਂ ਤੁਹਾਨੂੰ ਥਾਂ ਸਿਰ ਹੀ ਰੱਖੇ ਫੇਰ ਹੀ ਲੋਟ ਆਉਨੇ ਆ ਤੁਸੀਂ ਤੁਸੀਂ ਤਾਂ ਚੰਬਲ ਜਾਂਦੇ ਉਹ ਮੇਰੀ ਗੱਲ ਸੁਣ ਲਓ 70 ਪੈਣਾਂ ਚੁੱਪ ਕਰਕੇ ਤੁਰ ਪੀ ਜਾ ਐਵੇਂ ਓਏ ਹੋਰ ਹੁਣ ਇੱਥੇ ਮੈਂ ਗਿੱਧਾ ਪਾਉਣੇ ਪਰਿਵਾਰ ਤੋਂ ਮੈਂ ਦੂਰ ਜਾ ਰਿਹਾ ਐਮਪੀ ਮੈਂ ਝੋਨਾ ਵੱਢਣ ਜਾ ਰਿਹਾ ਸਾਲਾ ਮੇਰਾ ਰੋਲ ਨਿਕਲ ਰਿਹਾ ਮੇਰਾ ਹਿਰਦਾ ਮੇਰਾ ਸਾਲਾ ਬਲੂੰਦ ਰਿਹਾ ਪਿਆ ਵੀ ਮੈਂ ਆਪਦੀ ਫੈਮਿਲੀ ਤੋਂ ਦੂਰ ਚੱਲਿਆ ਤੂੰ ਤਾਂ ਮੇਰੀ ਕਦਰ ਨਹੀਂ ਪਾਈ ਤੂੰ ਮੇਰੀ ਗਰਮੀ ਤਾਂ ਲੱਗ ਰਹੀ ਹੈ ਹਲੇ ਹਲੇ ਪ੍ਰੋਪਰ ਤਰੀਕੇ ਨਾਲ ਠੰਡ ਨਹੀਂ ਆਈ ਗਰਮੀ ਬਹੁਤ ਤੈਨੂੰ ਪਹਿਲਾਂ ਨਹੀਂ ਦਿੰਦਾ ਸੀ ਪਹਿਲਾਂ ਕਿ ਬੈਠਿਆ ਇੱਥੇ ਹਾਂ ਚੰਗਾ ਭਲਾ ਢਾਬਾ ਏਸੀ ਤੂੰ ਅੰਦਰ ਬਹਿ ਜਾ ਅੱਛਾ ਨਾ ਏਸੀ ਲੱਗਿਆ ਵਾ ਮਰਦਾ ਏਡੀ ਸ਼ੇਰ ਪੀ ਰਿਹਾ ਯਾਰ ਮੈਂ ਆਫਟਰ ਆਲ ਸਾਰੇ ਦੇਖ ਰਹੇ ਇੱਥੇ ਗਾਹਕ ਬੈਠੇ ਮੇਰੇ ਸਾਲੇ ਦੀ ਮੇਰੀ ਬੇਇੱਜ਼ਤੀ ਨੂੰ ਤੂੰ ਖਰਾਬ ਕਰੀ ਜਾਂਦਾ ਯਾਰ ਮੈਂ ਤਾਂ ਹੌਲੀ ਤੇ ਕਹਿ ਰਿਹਾ ਤੈਨੂੰ ਮੈਂ ਉੱਚੀ ਵੀ ਬੋਲੂ ਇਹ ਦੁਬਾਰਾ ਆਏ ਕਿ ਮੈਂ ਤੂੰ ਬੋਲੂ ਮੈਂ ਠੀਕ ਹੈ ਨਾ ਸਰ ਇਹ ਹੁਣ ਮੈਨੂੰ ਦੱਸ ਚੁੱਪ ਕਰੀ ਖਾ ਲੈ ਯਾਰ ਚਾਚ ਵੀ ਨਗਾ ਦੂੰ ਚਾਚਾ ਮੈਂ ਲਿਆਜ ਨਹੀਂ ਵਰਤਣ ਠੀਕ ਹੈ ਮੇਰੇ ਨਾਲ ਠੰਡਾ ਹੀ ਰਹਿਣਾ ਜਦੋਂ ਐਮ ਪੀ 'ਚ ਗਏ ਲੋਕਾਂ ਨੂੰ ਇਹ ਲੱਗੇ ਵੀ ਮੈਂ ਮਾਲਕਾਂ ਦੇ ਤੂੰ ਤੂੰ 70 ਨਾ ਖਾ ਲਈ ਮੈਥੋਂ ਚੁੱਪ ਕਰੀ ਖਾ ਲੈ
रोटियां खराब मेनू ऐसी पैक कर लाने ये मेरे इरादा भी तेरा रहता खर्चा बराबर ही होना है चाचा एक ठोंगे जी मारेगा नहीं तू ही खा ला मैं चार दिन भाई समोसा खाना मैं चाहना डोडे ले दी चाचा मेनू खा ला भाई तू चाचा चार छोटे भाई मैं तुझे डोडे वाले आओ मेरा सारा ठीक है ना पहली छतर अपवा देंगे फिर ऑफिसर बैठे नहीं सौ ਮਾੜਾ ਦੇਖ ਕੇ ਦੇਖ ਤਾਂ ਲਿਆ ਚਾਚਾ ਆਉਂਦੇ ਹੋਏ ਉੱਥੋਂ ਜਿਹੜਾ ਮੇਰਾ ਛਾਲਾ ਉਹ ਨਹੀਂ ਹੁੰਦਾ ਦਾਣੇ ਪਾਉਣ ਵਾਲਾ ਉਹ ਭਰ ਲਿਆਵਾਂਗੇ ਆਈ ਮੈਂ ਸੋਚੀ ਬੈਠਾ ਆਈ ਮੈਂ ਸੋਚੀ ਬੈਠਾ ਚਾਚਾ ਮੇਰਾ ਕਹਿੰਦੇ ਮੇਰੀ ਗੱਲ ਸੁਣਦਾ ਸਾਰੇ ਅਫਸਰ ਬੈਠੇ ਨੇ ਸਾਰੇ ਅਫਸਰਾਂ ਨੇ ਫੈਮਲੀਆਂ ਬੈਠੀਆਂ ਨੇ ਮੇਰਾ ਛਾਲਾ ਹੋਰ ਸਿਆਪਾ ਫੇੜੀ ਨੇ ਬਾ ਠੀਕ ਹੈ ਚਾਚਾ ਜੀ ਛਕੋ ਤੁਸੀਂ ਸਮੋਸਾ ਛਕੋ ਛਕ ਵੀ ਚੱਲਿਆ ਸਮੋਸਾ ਖਾ ਲਾ ਜੋ ਤਾਂ ਠੀਕ ਹੈ ਨਾ ਕਰਵਾਉਣ ਦੀ ਲੋੜ ਨਹੀਂ ਜਮਾਂ ਨਹੀਂ ਕਰਵਾਉਣਾ ਤੂੰ तेन मेरा बर्दाश्त नहीं हो रहा मेरा खाना गरीब गुर पे ठीक है जी गल है चाचा चाचा बड़ा जवाब है भैन मेरा भी टंट है बोलन से भी पाबंदी मैं कहना चाचा जे इतो मेरे सहुरे थानी कढ लिए इधर भी थोड़ा जा नेड़े नहीं पऊ जिम्मे हम आप इतों सीधा जीत जाना है तो जे आप इधर डबड़ी वाली हो गई इधर दी मतलब नजारा आना सी जो जाना उथों की अगले ने कहना आ जाता फलाने का प्रौहना ये गल तेन पता नहीं चाचा आप रूटी नहीं बनता प्रौहने तू जिदे जितवाल तो मैं लेके आया तो तू आप तू आना इधर कोट दुंडे ठीक है तो बठिंडे ची क्यों है आपके सहुरी जान का मेरा हो बल पा के सहुरे सहुरे हो गए साढ़े सहुरे साढ़े पुदू हो गए चाचा मैं तो कहना बिल देने की लड़ नहीं होनी कि निकल चलते नहीं ऊं गल करदा ऊं गल करदा घट्टो घट 200 बंदे इन्हें सारे कुटणगे ऊं गल करदा चाचा जिमें जम दे जवाक नी मेरे छाले की टट्टी पतली पतली आँदी होती जमा मेरा छाला हो जाए चाचा हसदा ऊँ हसदा ऊँ हसदा चाचा मेरे दिमाग चक बिजनेस आ गया बिजनेस आ गया आप उतों आई करा हलो आप उतों ना भैया राणिया लेके मुल इतें लिया के बेच के चल ऊँ गल करदा मोटा बंदे जीपा ने कोई उतो लिया क्यों अगे गाने ने यूपी चो लिया भैया राणी खरीद के हूँ भी बिक रही होने उधर हूँ कुछ नहीं बिकता हूँ तो इतने वाली हलिया फिर यूपी वाले करेगा आहो इत बन गया बिहार हूँ तो लुधियाने बनी निकल सारे भैया भैया होर की है चाचा की बनू यार जे अपने पंजाब के इन्ने भैये आ गए अपने पंजाबी बहार उठ गए यार मैंने तो कद कद सोच के लगता भी की होगा यार चाचा है दुध छोटा खा गया पी गया ठीक है अपने चाह दे रहे चाचा हिंदी बोलनी पैनी है उत्थे एक मैं तेनू हुण दसदा उत्थे पंजाबी नहीं चलती उत्थे चलती है हिंदी मेरी गल सुन मैनू हिंदी आती है मैं पंजाबी बोलूंगा यार उन्हां नूं समझ ही नहीं आउणी कट्टे मूहरे बीन बज्जू मैं हिंदी में गल करूंगा ठीक है ना मैं सारी गल कर दूंगा हिंदी जब भैया अपने इधर आउंदे ने उहदा पंजाबी बोलदे ने यार यही तां साडी त्रास दी है भैजो भैया आके
ਬਈਆਂ ਨਾਲ ਅਸੀਂ ਹਿੰਦੀ ਬੋਲਦੇ ਹਾਂ, ਕੋਈ ਇਹੋ ਜਿਹਾ ਬੰਦਾ ਹੈ ਵੀ ਜਿਹੜਾ ਆਪਣੀ ਪੰਜਾਬੀ ਬੋਲਦਾ ਹੋਵੇ? ਅਗਲਾ ਕਹਿੰਦਾ ਪੰਜਾਬੀ 'ਚ ਗੱਲ ਕਰਦੇ ਹਾਂ, ਇੱਕ ਆਪਣਾ ਆਪਾਂ ਪੰਜਾਬੀ ਇਹੋ ਜਿਹੇ ਹਾਂ ਹਿੰਦੀ ਨਾਲ ਹਿੰਦੀ 'ਚ ਗੱਲ ਕਰਾਂਗੇ ਅੰਗਰੇਜ਼ੀ 'ਚ? ਯਾਰ ਆਪਣੀ ਮਾਂ ਭਾਸ਼ਾ ਨੂੰ ਤਾਂ ਅਸੀਂ ਛੱਡ ਰਹੇ ਹਾਂ ਯਾਰ, ਫਿਰ ਮੈਂ ਨਹੀਂ ਕਰਦਾ ਫਿਰ ਹਿੰਦੀ 'ਚ ਗੱਲ, ਉਹਨਾਂ ਨੂੰ ਸਮਝ ਨਹੀਂ ਆਉਂਦੀ। ਮੇਰੀ ਟਰਾਂਸਲੇਟਰ ਕਰਨਾ ਪਊ ਚਾਚਾ, ਤੇ ਟਰਾਂਸਲੇਟਰ ਮੈਂ ਕਰੂੰ। ਚੱਲ ਠੀਕ ਹੈ, ਚੰਗਾ ਹੁਣ ਖਾ ਵਾਲੀ ਤੁਰਪਾ ਗੱਲਾਂ ਉਹਦੇ ਪਾਸੇ ਅੱਡ ਲਊ ਚਾਚਾ ਟਰਾਂਸਲੇਟਰ ਦੇ ਮੈਂ ਤੇ ਊਂ ਗੱਲ ਕਰਦਾ ਮੈਂ, ਮੇਰੇ ਟੰਗਲੀ ਝੱਕਾ ਖਾ ਲੈ ਖਾ ਲੈ, ਠੀਕ ਹੈ ਨਾ ਖਾ ਲੈ। ਉਹ ਭਗਾਈ ਮਾਰੋ ਹੜਦੇ ਨਹੀਂ, ਚਪੜ 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 ਬੋਲੀ ਜੋ ਊਂ ਗੱਲ ਕਰਦਾ ਸੀਗਾ, ਅਜੇ ਚੁੱਪ ਕਰਦਿਆ ਬਾਪੂ ਚੁੱਪ ਖਾ ਲਾ ਯਾਰ ਖਾ ਲਾ, ਠੀਕ ਹੈ ਨਾ ਥੋੜ੍ਹੀ ਯਾਰ ਊਂ ਗੱਲ ਕਰਦਾ ਵੀ ਨਾ, ਹੋਰ ਗੱਲ ਕਰ ਲਓ ਚਾਚਾ। ਹਾਂ ਚਾਚਾ। ਹਾਂ ਉਹੀ ਚਾਚਾ ਜੀ ਸ਼ਿਓ ਕਹਿਣ ਨੂੰ ਜੀ ਕਰ ਰਿਹਾ ਮੇਰਾ, ਮੈਨੂੰ ਤੇਰਾ ਪਿਆਰ ਆ ਰਿਹਾ ਚਾਚਾ ਜੀ ਸ਼ਿਓ, ਮੈਨੂੰ ਦਰਦ ਜਾਗ ਰਿਹਾ ਚਾਚਾ ਜੀ ਸ਼ਿਓ। ਚਾਹ ਪਾ ਦੂੰ ਮੇਰੇ ਸਾਹ ਦੇ ਤੱਤੀ ਖਾ ਲੈਂਦੇ ਯਾਰ, ਬਾਹਲਾ ਜਾਣੀ ਨਾ ਚਾਚਾ ਮੋਹ ਆ ਰਿਹਾ ਤੇਰਾ। ਬਾਈ ਬਣ ਕੇ ਚੁੱਪ ਕਰ ਜਾ, ਖਾ ਲੈ ਖਾ ਲੈ, ਠੀਕ ਹੈ ਨਾ, ਇੱਥੇ ਮੇਰੇ ਸ਼ਾਹ ਦੀ ਇੱਜ਼ਤ ਵੀ ਰਾਸ਼ ਨਹੀਂ ਆਉਂਦੀ। ਚੱਲ ਗਏ ਹੁਣ ਮੇਰੇ ਸ਼ਾਲੇ ਦਾ ਚਾਚਾ ਤਾਂ ਲੈ ਲਿਆ ਨੈਪਕਨ, ਜੇ ਤਾਂ ਫ੍ਰੀ ਹੁੰਦੇ ਆ ਮੇਰੇ ਸ਼ਾਲੇ, ਇਹਨੇ ਤਾਂ ਕਿਹੜਾ ਬਿੱਲ ਆਉਂਦੇ ਆ, ਬਿੱਲ ਬੋਲਣੀ ਸਾਰਾ ਕੁਝ ਚਾਚਾ ਮੇਰੇ ਸ਼ਾਲੇ ਦਾ ਮੂਹਰੇ ਏ ਸੀ ਲਾ ਰਿਹਾ ਰੱਬ, ਮਤਲਬ ਠੰਡ ਆ ਰਹੀ ਆ ਮੂਹਰੇ, ਤੂੰ ਮੈਂ ਨਾ ਕੱਲਾ ਰਿਹਾ ਹੁਣ ਸੈੱਟ ਆ ਚਾਚਾ ਮੇਰੀ ਗੱਲ ਸੁਣ, ਘੰਟਾ ਕੁ ਸ਼ੌਂ ਨਾ ਜਾਈਗੀ ਯਾਰ, ਆਪਣਾ ਹੀ ਇੱਕ ਕੋਕ ਦਿਓ ਕੀ ਕਰਨਾ ਹੁਣ, ਫੇਰ ਇੱਥੇ ਖੜੂ ਕਿਤੇ, ਠੀਕ ਹੈ ਨਾ ਭੁੱਖ ਲੱਗੂ ਫੇਰ ਕਹੇਗਾ ਰੁਕ ਗਿਆ ਰਾਜ, ਚਿਪਸ ਦੇ ਦੋ ਵਧੀਆ ਜਾਈ, ਠੀਕ ਹੈ ਲੈ ਵੀ ਜੋ ਤਾਂ ਫੜ ਲੈ, ਠੀਕ ਹੈ। ਜਿਹੜੇ ਇਹ ਮਾਲਕ ਹੁੰਦੇ ਆ ਨਾ, ਜੇ ਇਹਨਾਂ ਨੂੰ ਲਚੜਾ ਲਾ ਇਹ ਸਿਰ ਚੜ ਜਾਂਦੇ, ਇਹਨਾਂ ਨੂੰ ਹਿਸਾਬ ਸਿਰ ਹੀ ਰੱਖੇ, ਠੀਕ ਹੈ ਨਾ। ਸਤਿ ਸ੍ਰੀ ਅਕਾਲ ਆ ਵਧੀਆ ਵਧੀਆ, ਬਸ ਛੱਕ ਲਿਆ ਨਜ਼ਾਰੇ ਆ, ਜਾਣ ਪਛਾਣ ਵਾਲੀ ਆ ਮੇਰੀ, ਜਾਣ ਪਛਾਣ ਬਹੁਤ ਜ਼ਿਆਦਾ ਹੈ। ਆਹ ਚਾਚਾ ਸਿੰਘ ਵਾਲੀ ਗੱਡੀ ਖੜੀ ਹੈ, ਐ ਚੱਲ ਨਹੀਂ ਰਾਣੀਏ ਨੈਸ਼ਨਲ ਅਵਾਰਡ ਵਿਨਰ, ਹੁਣ ਤੂੰ ਛਾਉਂ ਜਾ, ਹੁਣ ਤੂੰ ਛਾਉਂ ਜਾ ਦੋ ਘੰਟੇ ਫਿਰ ਮੈਚ ਲਾਉਂ, ਠੀਕ ਹੈ। ਇਹ ਤੂੰ ਚੜ ਜਾ ਪਹਿਲਾਂ ਪਰਲੇ ਪਾਸੇ ਜਾ ਉੜੀ, ਤਮ ਲੱਕੜਾ ਰ ਲੜੇ ਭੋਰੇ ਲੇਟੇ ਰਿਆ ਮੋਰੇ ਚੁਰਕ ਵਰਲੇ, ਹੈਂ ਹਾਂ ਰੱਖ ਲਾ ਰੱਖ ਲਾ ਰੱਖ ਲਾ, ਇਹਦਾ ਜਦੋਂ ਲੋੜ ਹੋਊ ਉਦੋਂ ਆਪਾਂ ਸੜੂਕ ਜਾਵਾਂਗੇ, ਠੀਕ ਹੈ ਨਾ। ਹੁਣ ਨਹੀਂ ਆਪਾਂ ਰੋਕਣੀ ਛੇਤੀ, ਆਪਾਂ ਕਹਿ ਦਈਏ ਵੀ ਐਵੇਂ ਐਵੇਂ ਕਹਿ ਦਈਏ ਵੀ ਰੋਕ ਲਈ ਨਿਆ, ਦੁਪੱਟੇ ਦੁਪੱਟੇ ਬੰਨ ਲਈਏ, ਲੈ ਕਰ ਮਾਰ ਸ਼ੇਰ ਡੈਕ ਲਾ ਦੇ ਕਰਾ, ਸਿੱਧੂ ਮੂਸੇ ਵਾਲੇ ਦਾ ਗਾਣਾ ਉਹ ਚੱਲ ਚੱਲ ਸੀਟੀਆਂ ਜਿਹੀਆਂ ਮਾਰ ਦੇ, ਤੇਰਾ ਥੋੜ੍ਹਾ ਐਂ ਲੱਗੀ ਜਾਂਦਾ ਬੱਸ ਚਲਾਉਣੇ ਹਰੇ, ਦੇਖ ਕਿਵੇਂ ਖੁੱਤੀ ਪੈ ਗਈ ਚੇਲਿਆ, ਹਾਂ ਇਹ ਹੈ।